ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀਗਾ ਕਿ ਜੇ ਸਾਡੀ ਸਰਕਾਰ ਬਣੀ ਤਾਂ 300 ਯੂਨਿਟ ਫ੍ਰੀ ਬਿਜਲੀ ਅਸੀਂ ਹਰ ਪਰਿਵਾਰ ਨੂੰ ਦੇਵਾਂਗੇ। ਪਰ ਇਸ ਦੇ ਮਾਇਨੇ ਕੀ ਹਨ? ਸਰਕਾਰੀ ਖਜ਼ਾਨੇ 'ਤੇ ਇਸਦਾ ਬੋਝ ਕਿੰਨਾ ਪਏਗਾ? ਅਰਥਸ਼ਾਸਤਰੀ ਜਾਂ ਇਕੋਨੋਮਿਕਸ ਦੇ ਜਿਹੜੇ ਮਾਹਿਰ ਨੇ ਉਹ ਕਿਉਂ ਇਸ ਨੂੰ ਬੈਡ ਇਕੋਨੋਮੀ ਦੱਸਦੇ ਨੇ, ਕਿਉਂ ਇਸ ਨੂੰ ਬੈਡ ਇਕਨੋਮਿਕਸ ਕਹਿੰਦੇ ਨੇ? ਇਹ ਸਾਰੀਆਂ ਗੱਲਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਫ੍ਰੀ ਬਿਜਲੀ ਦੇਣ ਦੇ ਨਾਲ ਸਰਕਾਰੀ ਖਜ਼ਾਨੇ ਜਾਂ ਪੰਜਾਬ 'ਤੇ ਕਿੰਨਾ ਬੋਝ ਪਏਗਾ? ਦੇਖੋ, ਇਹਦੇ ਵਾਸਤੇ ਅਜੇ ਐਸਟੀਮੇਟ ਹੀ ਜਨਰੇਟ ਕੀਤੇ ਜਾ ਸਕਦੇ ਨੇ, ਕਿਉਂਕਿ 200 ਯੂਨਿਟ ਤਾਂ ਐਸੀ ਡੋਮੈਸਟਿਕ ਕੰਜ਼ਿਊਮਰਸ ਨੂੰ ਪਹਿਲਾਂ ਹੀ ਫ੍ਰੀ ਨੇ, ਸੋ ਉਹ ਵਿੱਚੋਂ ਮਾਈਨਸ ਕਰਨੇ ਪੈਣਗੇ। ਬਾਕੀ ਜਿਹੜਾ ਐਵਰੇਜ ਸੇਲ ਪ੍ਰਾਈਸ ਹੈ ਉਹ ਦੇਖਣੀ ਪਵੇਗੀ, ਔਰ ਉਹ ਸਾਰਾ ਕੁਛ ਕੈਲਕੂਲੇਟ ਕਰਕੇ ਜੇ ਦੇਖਿਆ ਜਾਵੇ ਤਾਂ ਉਹ ਕੋਈ 7,100 ਕਰੋੜ ਅਡੀਸ਼ਨਲ ਜਿਹੜਾ ਬਰਡਨ ਹੈ ਉਹ ਸਰਕਾਰੀ ਖਜ਼ਾਨੇ 'ਤੇ ਪਏਗਾ। ਫ੍ਰੀ ਬਿਜਲੀ ਵਰਗੀਆਂ ਚੀਜ਼ਾਂ ਐਲਾਨ ਕਰਨੀਆਂ ਤਾਂ ਸੌਖੀਆਂ ਨੇ, ਪਰ ਇਹਨਾਂ ਨੂੰ ਮੇਨਟੇਨ ਕਰਨਾ ਕਿੰਨਾ ਫਿਜ਼ੀਬਲ ਹੈ? ਦੇਖ ਲਓ ਤੁਸੀਂ ਕਿ ਬਿਜਲੀ ਬੋਰਡ ਜਿਹੜਾ, ਜਿਹਨੂੰ PSPCL ਕਹਿੰਦੇ ਆ, ਪਬਲਿਕ ਯੂਟੀਲਿਟੀ, ਉਹ ਇਸ ਵੇਲੇ ਵੀ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ, ਅਤੇ ਇਸ ਵੇਲੇ ਜਿਹੜੀ ਖੇਤੀ ਸੈਕਟਰ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ ਉਹ ਕੋਈ 7,000 ਕਰੋੜ ਦੀ ਹੈ, 3,000 ਕਰੋੜ ਦੀ ਜਿਹੜੀ ਹੈ ਉਹ ਇੰਡਸਟਰੀ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ, ਕੋਈ 2,700-2,250 ਕਰੋੜ ਰੁਪਇਆ ਜਿਹੜਾ ਐਸੀ ਹਾਊਸਹੋਲਡਸ ਨੂੰ ਦਿੱਤਾ ਜਾ ਰਿਹਾ। ਸੋ ਇਹ ਕੁੱਲ ਬੁਲਾ ਕੇ ਜਿਹੜਾ ਇਹ ਕੋਈ 14,000 ਕਰੋੜ ਰੁਪਏ ਦੀ ਸਬਸਿਡੀ ਪਹਿਲਾਂ ਹੀ ਮਿਲ ਜਾਂਦੀ ਹੈ। ਸੋ ਇਹਦਾ ਮਤਲਬ ਹੈ ਕਿ ਜੇ 7,000 ਹੋਰ ਜੋੜ ਲਈਏ ਤਾਂ ਇਹ 20,000-21,000 ਕਰੋੜ ਰੁਪਇਆ ਸਬਸਿਡੀ ਜਿਹੜੀ ਹੈ ਅਤੇ ਫ੍ਰੀ ਉਹੀ ਹੋ ਜਾਂਦਾ। ਜਿਹੜੇ ਅਰਥਸ਼ਾਸਤਰੀ ਨੇ ਜਾਂ ਮਾਹਰ ਨੇ ਉਹ ਇਸ ਫੈਸਲੇ ਨੂੰ, ਫ੍ਰੀ ਬਿਜਲੀ ਦੇ ਫੈਸਲੇ ਨੂੰ ਕਿਵੇਂ ਦੇਖਦੇ ਹਨ? ਕੱਲ ਨੂੰ ਜੇ PSPCL ਜਿਹੜੀ ਕਿ ਪਬਲਿਕ ਸੈਕਟਰ ਦਾ ਅਦਾਰਾ ਹੈ, ਜੇ ਉਹ ਕਿਸੇ ਤਰ੍ਹਾਂ ਫਾਈਨੈਂਸ਼ੀਅਲ ਕ੍ਰੰਚ ਵਿੱਚ ਚਲਾ ਜਾਂਦਾ, ਫਾਈਨੈਂਸ਼ੀਅਲ ਕ੍ਰਾਈਸਿਸ ਵਿੱਚ ਚਲਾ ਜਾਂਦਾ, ਤਾਂ ਫਿਰ ਪਬਲਿਕ ਸੈਕਟਰ ਦੀ ਯੂਟੀਲਿਟੀ ਜਿਹੜੀ ਆ ਉਹ ਅਵੇਲੇਬਲ ਨਹੀਂ ਹੋਣੀ, ਤਾਂ ਕੀ ਸਰਕਾਰ ਪ੍ਰਾਈਵੇਟ ਸੈਕਟਰ ਤੋਂ ਬਿਜਲੀ ਮੁੱਲ ਲੈ ਕੇ 300 ਯੂਨਿਟ ਫ੍ਰੀ ਦੇਵੇਗੀ? ਇਸ ਤੋਂ ਪਹਿਲਾਂ ਵੀ ਕੁਝ ਕੈਟੇਗਰੀ ਦੇ ਕੰਜ਼ਿਊਮਰ ਸਬਸਿਡੀ ਲੈ ਰਹੇ ਨੇ, ਜਿਵੇਂ ਕਿ ਕਿਸਾਨ, SC ST। ਕਿਸ ਤਰੀਕੇ ਦੀਆਂ ਪਹਿਲਾਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ? ਕਿ ਪੰਜਾਬ ਦੇ ਜਿਹੜਾ ਫਾਰਮ ਸੈਕਟਰ ਹੈ ਉਹਨੂੰ ਬਿਜਲੀ ਪਹਿਲਾਂ ਹੀ ਫ੍ਰੀ ਹੈ, ਤੇ ਫਾਰਮ ਸੈਕਟਰ ਦੇ ਵਿੱਚ ਜਿਹੜੇ ਫਾਰਮਰ ਹਾਊਸ ਹੋਲਡਸ ਆ ਉਹਨਾਂ ਨੂੰ ਹੁਣ ਇਹ ਡਬਲ ਬੈਨੀਫਿਟ ਹੋਏਗਾ ਕਿ ਡੋਮੈਸਟਿਕ ਕੰਜ਼ਿਊਮਰਸ ਨੂੰ ਵੀ 300 ਯੂਨਿਟ ਫ੍ਰੀ ਇੱਧਰੋਂ ਵੀ ਲੈ ਲਏ ਤੇ ਬਿਜਲੀ ਉਸ ਉੱਧਰ ਵੀ ਫ੍ਰੀ ਹੈ। ਇਸੇ ਤਰ੍ਹਾਂ ਜਿਹੜੇ ਇੰਡਸਟਰੀਅਲ ਸੈਕਟਰ ਹੈ ਉਹਦੇ ਵਿੱਚ ਵੀ 3,000 ਕਰੋੜ ਦੀ ਬਿਜਲੀ ਪਹਿਲਾਂ ਫ੍ਰੀ ਸਬਸਿਡੀ ਦਿੱਤੀ ਜਾ ਰਹੀ ਹੈ, ਤਾਂ ਉਹ ਜਿਹੜੇ ਇੰਡਸਟਰੀਅਲ ਯੂਨਿਟ ਨੇ ਜਿੰਨੇ ਵੀ ਹੈ ਪੰਜਾਬ 'ਚ ਉਹਨਾਂ ਨੂੰ ਵੀ 300 ਯੂਨਿਟ ਫ੍ਰੀ ਹੋਏਗਾ। ਸੋ ਇਹ ਮੈਨੂੰ ਕੁੱਲ ਮਿਲਾ ਕੇ ਲੱਗਦਾ ਹੈ ਕਿ ਇਹ ਕੋਈ ਵਧੀਆ ਇਕਨੋਮਿਕਸ ਨਹੀਂ ਹੈ, ਇਹਦੇ ਨਾਲ ਵਿਕਾਸ ਨਹੀਂ ਹੋਏਗਾ, ਸਗੋਂ ਜਿਹੜਾ ਕਹਿੰਦੇ ਕਾਊਂਟਰ ਪ੍ਰੋਡਕਟਿਵ ਹੋਏਗਾ ਇਹ, ਕਿ ਅਸਲ ਦੇ ਵਿੱਚ ਸਾਨੂੰ ਚਾਹੀਦਾ ਤਾਂ ਵਿਕਾਸ ਹੈ, ਨਾ ਕਿ ਫ੍ਰੀ ਚਾਹੀਦਾ। ਸੋ ਮੈਨੂੰ ਲੱਗਦਾ ਕਿ ਇਹ ਵਿਕਾਸ ਦਾ ਰਸਤਾ ਨਹੀਂ ਹੈ, ਗਲਤ ਰਸਤਾ ਹੈ। ਤੇ ਜੇ ਇਹ ਚਲੋ ਵੋਟਾਂ ਲੈਣ ਲਈ ਵਾਅਦੇ ਕਰ ਲਏ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਸਰਕਾਰੀ ਖਜ਼ਾਨੇ ਦੇ ਰਾਹੀਂ ਵੋਟਰਾਂ ਨੂੰ ਬਰਾਈਬ ਕਰ ਰਹੇ ਹੋ। ਲੋਕ ਇਹ ਵੈਲਫੇਅਰ ਸਟੇਟ ਇਸ ਤਰ੍ਹਾਂ ਨਹੀਂ ਕਰਦੀ, ਮੈਕਨ ਵੈਲਫੇਅਰ ਸਟੇਟ ਹੋਵੇ ਵੀ ਭਾਵੇਂ, ਪਰ ਵੈਲਫੇਅਰ ਸਟੇਟ ਹੋਣੀ ਚਾਹੀਦੀ ਹੈ, ਜਿੱਥੇ ਲੋੜ ਹੈ ਜ਼ਰੂਰ ਕਰੋ, ਪਰ ਵੈਲਫੇਅਰ ਸਟੇਟ ਦਾ ਮਤਲਬ ਇਹ ਨਹੀਂ ਹੈ ਕਿ ਸਰਕਾਰੀ ਖਜ਼ਾਨੇ ਚੋਂ ਤੁਸੀਂ ਪੈਸਾ ਇਸ ਪਾਸੇ ਲਾਓ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ 'ਤੇ ਨਾ ਲਾਓ, ਵਿਕਾਸ ਦੇ ਮੌਕੇ ਪੈਦਾ ਕਰਨ 'ਤੇ ਨਾ ਲਾਓ। ਇਹ ਮੈਨੂੰ ਲੱਗਦਾ ਕਿ ਠੀਕ ਰਸਤਾ ਨਹੀਂ ਹੈ।
ਲਗਭਗ 7,000 ਕਰੋੜ ਦਾ ਖਰਚਾ। ਇੰਨੇ ਖਰਚੇ ਦਾ, ਇੰਨੇ ਬੋਝ ਦਾ ਮਤਲਬ ਕੀ ਹੈ? ਤੁਹਾਡਾ ਜਿਹੜਾ ਇਸ ਵੇਲੇ ਦਾ ਮਾਡਲ ਹੈ, ਇਹ ਫ੍ਰੀ ਬੀਜ ਵਾਲਾ ਮਾਡਲ ਜਾਂ ਕੰਪੀਟੀਟਿਵ ਪੋਲੀਟੀਕਲ ਪਾਪੂਲੇਸ਼ਨ, ਦੂਜੀਆਂ ਪਾਰਟੀਆਂ ਦੇ ਮੈਨੀਫੈਸਟੋ ਵੀ ਇਹ ਕਹਿ ਰਹੇ ਨੇ। ਔਰ ਜਿਹੜਾ ਅੱਜ ਸਾਡਾ ਇਸ ਵੇਲੇ 3 ਲੱਖ ਕਰੋੜ ਦਾ ਕਰਜ਼ਾ ਹੈ, ਜਿਹੜਾ ਕਿ ਮੈਨੂੰ ਲੱਗਦਾ ਅਗਲੇ ਸਾਲ ਜੇ ਇਹੀ ਹਾਲ ਰਿਹਾ ਤੇ 3.5 ਲੱਖ ਕਰੋੜ 4 ਲੱਖ ਕਰੋੜ ਵੀ ਹੋ ਸਕਦਾ ਹੈ। ਇਸ ਤਰ੍ਹਾਂ ਫ੍ਰੀ ਬੀਜ ਔਰ ਸਾਰਾ ਆਪਾਂ ਪੈਸਾ ਜਿਹੜਾ ਸਰਕਾਰੀ ਖਜ਼ਾਨੇ ਦਾ ਲੁਟਾਉਂਦੇ ਰਹੇ ਤਾਂ ਇਹ 4 ਲੱਖ ਕਰੋੜ ਤੇ ਵੀ ਹੋ ਜਾਏਗਾ। ਔਰ 4 ਲੱਖ ਕਰੋੜ ਦਾ ਜਦੋਂ ਤੁਸੀਂ, ਤੁਹਾਨੂੰ ਵਿਆਜ ਮੋੜਨਾ ਪਿਆ, ਪ੍ਰਿੰਸੀਪਲ ਮੋੜਨਾ ਪਿਆ, ਉਹ ਵੇਖੋ ਤੁਸੀਂ ਪਿੱਛੇ ਇੱਕ ਝਾਤੀ ਮਾਰ ਕੇ ਵੇਖੋ ਕਿ ਤੁਹਾਡਾ ਜਿਹੜਾ 29,000 ਕਰੋੜ ਦਾ ਕਰਜ਼ਾ 2004-05 ਸੀ, ਉਹ 3 ਲੱਖ ਕਰੋੜ ਦਾ ਹੋ ਗਿਆ। ਤੇ ਇਹ ਕਰਜ਼ਾ ਇਸ ਕਰਕੇ, ਦੋ ਕਾਰਨਾਂ ਕਰਕੇ ਮੇਨ ਚੜਿਆ ਕਿ ਤੁਸੀਂ ਫ੍ਰੀ ਬੀਜ ਤੇ ਸਬਸਿਡੀ ਤੇ ਜ਼ਿਆਦਾ ਜ਼ੋਰ ਰੱਖਿਆ ਪਿਛਲੀਆਂ ਸਰਕਾਰਾਂ ਨੇ, ਤੇ ਨਾਲ ਹੀ ਤੁਸੀਂ ਜਿਹੜੇ ਸਰਕਾਰੀ ਖਜ਼ਾਨੇ 'ਚ ਹੋਰ ਪੈਸੇ ਬਿਨਾਂ ਟੈਕਸ ਤੋਂ ਵੀ ਆ ਸਕਦੇ ਉਹ ਨਹੀਂ ਲਿਆਂਦੇ, ਉਹ ਵੀ ਬੜਾ ਵੱਡਾ ਅਮਾਊਂਟ ਹੈ। ਮੈਨੂੰ ਕਈ ਵਾਰ ਡਰ ਲੱਗਦਾ ਹੈ ਕਿ ਕਿਤੇ ਪੰਜਾਬ ਦਾ ਹਾਲ ਸ਼੍ਰੀਲੰਕਾ ਵਾਲਾ ਨਾ ਹੋ ਜਾਏ।